हेलो जी, अस्सलाम वालेकुम राणा साहब, क्या हाल है? ठीक वालेकुम ठाक हो? सलाम। ठीक ठाक सर, तुम सुनाओ। अल्हम्दुलिल्लाह, एवन बेहतरीन, ठीक ठाक। राणा साहब, मैं थोड़े नाल यह गुफ्तगू करना चाह रहा हाँ, थोड़े तो यह पूछना चाह रहा हाँ कि असी मुल्क पाकिस्तान के शहरी हाँ, मुसलमान हाँ, ठीक है, लेकिन साढ़े मुल्क दे विच जिहड़ा है वह मीडिया एक बहुत वड्डी पावर बन चुकी है। तो मीडिया के जिहड़ी सब तो ज़्यादा ताकतवर चीज़ है वह इंडियन मीडिया है। ਅਤੇ ਤੁਸੀਂ ਸਾਨੂੰ ਇਹ ਦੱਸੋ ਕਿ ਜਿਹੜਾ ਸਾਡੇ ਮੁਲਕ 'ਚ ਇੰਡੀਅਨ ਡਰਾਮੇ ਚੱਲਦੇ ਨੇ ਉਹਨਾਂ ਦਾ ਮਕਸਦ ਕੀ ਹੈ, ਉਹਨਾਂ ਦਾ ਫਾਇਦਾ ਕੀ ਹੈ ਸਾਨੂੰ, ਅਤੇ ਉਹ ਕਿਉਂ ਨਹੀਂ ਰੋਕ ਸਕਦੇ? ਉਹਨਾਂ ਦਾ ਜਨਾਬ ਮਕਸਦ ਕੋਈ ਨਹੀਂ, ਟੋਟਲੀ ਸਾਡੀ ਜਿਹੜੀ ਨਸਲ ਹੈ ਨਾ ਉਹਦੀ ਤਬਾਹੀ ਦਾ ਜ਼ਰੀਆ ਬਣਦੇ ਪਏ ਨੇ। ਠੀਕ ਹੈ, ਸਾਡੇ ਪਿੰਡਾਂ ਦੀ ਜਹਲ ਅਨਪੜ੍ਹ ਆਵਾਮ, ਛੋਟੀਆਂ ਬੱਚੀਆਂ 9ਵੀਂ 10ਵੀਂ 'ਚ ਪੜ੍ਹਨ ਵਾਲੀਆਂ ਸਕੂਲ ਜਾਣ ਵਾਲੀਆਂ ਲੜਕੀਆਂ ਉਹਨਾਂ ਦੇ ਡਰਾਮਿਆਂ 'ਤੇ ਲੱਗ ਚੁੱਕੀਆਂ ਨੇ। ਇੰਝ ਲੱਗੀਦਾ ਨਾ ਜਿਵੇਂ ਬੰਦਾ ਸਿਗਰਟ ਦਾਦੀ ਹੋ ਜਾਂਦਾ ਜਾਂ ਨਸ਼ੇ ਦਾਦੀ ਹੋ ਜਾਂਦਾ ਤਾਂ ਉਹਨੂੰ ਚੀਜ਼ ਨਾ ਮਿਲੇ ਅਤੇ ਉਹਨੂੰ ਟੈਨਸ਼ਨ ਹੁੰਦੀ ਹੈ, ਇੰਝ ਲੱਗਦੀਆਂ ਨੇ। ਟੋਟਲੀ ਨੁਕਸਾਨ ਹੈ ਇਹਦਾ, ਇਹਦੇ ਵਿੱਚ ਸਰਾਸਰ ਸਾਡੇ ਜਿਹੜਾ ਨਾ ਆਪਣੀ ਹਕੂਮਤ ਦਾ ਮਤਲਬ ਕਸੂਰ ਹੈ, ਸਾਡੇ ਮੁਆਸ਼ਰੇ ਦਾ ਕਸੂਰ ਹੈ, ਸਾਡੇ ਉਤਲੇ ਲੈਵਲ ਦੇ ਜਿਹੜੇ ਮਤਲਬ ਮੀਡੀਆ ਸੈੱਲ ਨੇ ਜਾਂ ਜਿਹੜਾ ਸਾਡਾ ਪੈਮਰਾ ਇੱਕ ਇਦਾਰਾ ਹੈ ਜਿਹੜਾ ਕਿ ਸਾਰੇ ਟੀਵੀ ਚੈਨਲ ਮੋਨੀਟਰ ਕਰਦਾ ਹੈ। ਠੀਕ ਹੈ ਨਾ, ਇਹ ਉਹਦੀ ਜ਼ਿੰਮੇਦਾਰੀ ਕਿ ਉਹਨਾਂ ਚੈਨਲਾਂ 'ਤੇ ਪਾਬੰਦੀ ਲਾਏ। ਠੀਕ ਹੈ, ਲੇਕਿਨ ਪਾਬੰਦੀ ਨਹੀਂ ਲਾਉਂਦੇ, ਉਸ ਵੇਲੇ ਸਾਡਾ ਨੁਕਸਾਨ ਹੋ ਰਿਹਾ ਅਤੇ ਟੋਟਲੀ ਫਾਇਦਾ ਜਾ ਰਿਹਾ ਇੰਡੀਆ ਨੂੰ, ਉਹਨਾਂ ਦੇ ਕਮਰਸ਼ੀਅਲ ਇੱਧਰ ਚੱਲਦੇ ਨੇ। ਠੀਕ ਹੈ, ਉਹਨਾਂ ਨੂੰ ਪੈਸਾ ਜਾ ਰਿਹਾ। ਰਾਣਾ ਸਾਹਿਬ, ਮਤਲਬ ਅਸੀਂ ਇੱਕ ਤਾਂ ਚਲੋ ਉਹਨਾਂ ਨੂੰ ਮਾਲੀ ਲਿਹਾਜ਼ ਨਾਲ ਫਾਇਦਾ ਹੋ ਗਿਆ, ਦੂਸਰਾ ਹੈ ਕਿ ਸਾਨੂੰ ਕੀ ਨੁਕਸਾਨ ਹੈ ਬੁਨਿਆਦੀ ਤੌਰ 'ਤੇ? ਕਿਉਂਕਿ ਉਹਨਾਂ ਦੇ ਵੀ ਡਰਾਮੇ ਚੱਲਦੇ ਨੇ, ਉਹੀ ਡਰਾਮੇ ਉੱਥੇ ਵੀ ਚੱਲਦੇ ਨੇ, ਉਹ ਡਰਾਮੇ ਸਾਡੇ ਕੋਲ ਚੱਲਦੇ ਨੇ, ਅਤੇ ਸਾਨੂੰ ਟੈਕਨੀਕਲੀ ਕੀ ਨੁਕਸਾਨ ਹੁੰਦਾ ਸਾਡੀ ਸੋਚ, ਕੌਮ ਦੀ ਸੋਚ, ਆਵਾਮ ਦੀ ਸੋਚ ਕਿਸ ਤਰ੍ਹਾਂ ਜਿਹੜੀ ਆ ਖਰਾਬ ਹੁੰਦੀ ਹੈ, ਅਤੇ ਅਸੀਂ ਕਿਸ ਤਰ੍ਹਾਂ ਪਿੱਛੇ ਰਹਿ ਜਾਂਦੇ ਹਾਂ ਉਹਨਾਂ ਦੇ ਡਰਾਮੇ ਵੇਖਣ 'ਤੇ? ਯਾਰ ਸੋਚ ਸਭ ਤੋਂ ਵੱਡੀ ਗੱਲ, ਅਸੀਂ ਮੁਸਲਮਾਨ ਹਾਂ। ਠੀਕ ਹੈ ਨਾ, ਸਭ ਤੋਂ ਪਹਿਲੇ ਕਿ ਇਸਲਾਮ ਇਸ ਚੀਜ਼ ਦੀ ਨਫੀ ਕਰਦਾ, ਕਿਉਂਕਿ ਉਹਨਾਂ ਦੇ ਡਰਾਮਿਆਂ 'ਚ ਵੈਲਗੈਰਿਟੀ ਜ਼ਿਆਦਾ ਹੁੰਦੀ ਆ, ਉਹਨਾਂ ਦਾ ਲਿਬਾਸ, ਉਹਨਾਂ ਦੀ ਤਹਿਜ਼ੀਬ ਟੋਟਲੀ ਸਾਡੇ ਤੋਂ ਡਿਫਰੈਂਟ ਹੈ। ਜਿਸ ਵਜ੍ਹਾ ਤੋਂ ਇਹ ਮੁਲਕ ਬਣਿਆ ਸੀ ਉਹ ਤਾਂ ਉਹ ਚੀਜ਼ ਤਾਂ ਅਸੀਂ ਉਹਨਾਂ ਦੀ ਮਤਲਬ ਮੀਡੀਆ 'ਚ ਦੇਖ ਰਹੇ ਹਾਂ ਯਾਰ, ਉਹਨਾਂ ਦੇ ਟੀਵੀ 'ਚ ਡਰਾਮਿਆਂ 'ਚ। ਠੀਕ ਹੈ, ਜਦੋਂ ਕੋਈ ਇੰਡੀਅਨ ਡਰਾਮਾ ਚੱਲਦਾ ਹੁੰਦਾ, ਔਰਤਾਂ ਲੜਕੀਆਂ ਸਾੜੀ ਦੇ ਲਿਬਾਸ 'ਚ ਆਉਂਦੀਆਂ ਨੇ, ਪੇਟ ਨੰਗੀ ਹੁੰਦੇ ਨੇ ਉਹਨਾਂ ਦੇ, ਹਾਫ ਲਿਬਾਸ ਹੁੰਦਾ, ਫਿਰ ਉਸ ਦੌਰਾਨ ਬੁੱਤਾਂ ਦੀ ਪੂਜਾ ਕਰਦੀਆਂ ਨੇ, ਫਿਰ ਫੇਰੇ ਲੈਣ ਦੀਆਂ ਗੱਲਾਂ ਹੁੰਦੀਆਂ ਨੇ, ਉਹ ਜਦੋਂ ਸਾਡੀ ਅਨਮਚਿਓਰ ਵਾਮੂ ਚੀਜ਼ਾਂ ਵੇਖਦੇ ਆ ਤਾਂ ਉਹਨਾਂ ਦੇ ਜ਼ਿਹਨ 'ਚ ਉਹੀ ਗੱਲਾਂ ਬਹਿਣੀਆਂ ਨੇ। ਠੀਕ ਹੈ, ਦੂਸਰੀ ਸਭ ਤੋਂ ਵੱਡਾ ਨੁਕਸਾਨ ਮਤਲਬ ਹੈ ਵੈਲਗੈਰਿਟੀ ਉਹਨਾਂ ਦੇ ਵਿੱਚ। ਠੀਕ ਹੈ, 2 ਨੰਬਰੀ ਆ। ਠੀਕ ਹੈ, ਸੈਕਸ ਦੀ ਤਰਫ ਜ਼ਿਹਨ ਮਾਇਲ ਹੁੰਦਾ ਛੋਟੇ ਬੱਚਿਆਂ ਦਾ। ਬਾਕੀ ਰਾਣਾ ਸਾਹਿਬ, ਇੱਕ ਤਾਂ ਵਲਗੈਰਿਟੀ ਤਾਂ ਹੈ ਹੀ ਹੈ, ਦੂਸਰਾ ਇਹ ਕਿ ਜਿਹੜਾ ਨਾ ਕੌਮੀ ਸੋਚ ਜਿਹੜੀ ਹੁੰਦੀ ਆ ਉਹਦੇ ਉਹ ਬਿਲਕੁਲ ਜਿਹੜੀਆਂ ਨੇ ਖਤਮ ਹੋ ਜਾਂਦੀ ਹੈ, ਤਬਾਹ ਹੋ ਜਾਂਦੀ ਹੈ। 5 ਲੱਖ ਇੱਕ ਜਰਨਲ ਅਸੀਂ ਗੱਲ ਕਰੀਏ ਤਾਂ ਇੱਕ ਮੁਸਲਮਾਨ ਦਾ ਜ਼ਿਹਨ ਹੁੰਦਾ ਕਿ ਉਹ ਕੁਰਾਨ ਪਾਕ ਪੜ੍ਹੇ, ਆਪਣੇ ਬੱਚਿਆਂ ਨੂੰ ਉਹਦੇ ਮੁਤਾਬਿਕ ਤਲੀਮ ਦੇ, ਠੀਕ ਹੈ, ਪੂਰੀ ਇਨਸਾਨੀਅਤ ਦੇ ਭਲੇ ਲਈ ਸੋਚੇ, ਠੀਕ ਹੈ, ਆਪਣੇ ਜ਼ਾਤੀ ਮਾਮਲਾਤ, ਆਪਣਾ ਰੋਜ਼ਗਾਰ, ਰੋਟੀ ਪਾਣੀ, ਢਿੱਡ, ਇਹਨਾਂ 'ਤੇ ਜਿਹੜਾ ਥੋੜ੍ਹਾ ਜਿਹਾ ਕੰਟਰੋਲ ਕਰੇ। ਠੀਕ ਹੈ, ਕੰਟਰੋਲ ਕਰਨ ਤੋਂ ਮਰਾਜ ਕਿ ਹਲਾਲ ਹਰਾਮ ਦੀ ਥੋੜ੍ਹੀ ਤਮੀਜ਼ ਹੋਵੇ। ਠੀਕ ਹੈ, ਸਾਦਗੀ ਜਿਹੜੀ ਹੈ ਸਾਡੇ ਇਮਾਨ ਦਾ ਜਜ਼ਬਾ ਹੈ, ਸਾਦਗੀ ਦੇ ਵਿੱਚ ਆਏ। ਜਦਕਿ ਜਦੋਂ ਅਸੀਂ ਇੰਡੀਅਨ ਡਰਾਮੇ ਦੇਖਦੇ ਹਾਂ ਕਿ ਉਹਨਾਂ ਦੇ ਵਿੱਚ ਜਿਹੜੀ ਭੈੜੀ ਤੋਂ ਭੈੜੀ ਔਰਤ ਵੀ ਉਹ ਵਿਖਾਣਗੇ, ਉਹ ਵੀ ਜੇਵਰਾਤ ਨਾਲ ਲੱਦੀ ਹੋਏਗੀ, ਭਾਵੇਂ ਉਹ ਜਾਅਲੀ ਜੇਵਰਾਤ ਨੇ, ਅਤੇ ਸਾਡੀ ਭੋਲੀ ਆਵਾਮ ਜਦੋਂ ਉਹਨਾਂ ਦੇ ਇੰਨੇ ਮਹਿੰਗੇ ਮਹਿੰਗੇ ਮਲਬੂਸਾਤ ਵੇਖਦੀ ਹੈ, ਉਹਨਾਂ ਦੇ ਕੱਪੜੇ ਵੇਖਦੀ ਹੈ, ਠੀਕ ਹੈ, ਅਤੇ ਉਹਨਾਂ ਦੀ ਸੋਚ ਦੇ ਮੁਤਾਬਕ ਹੀ ਚੱਲਣਾ ਸ਼ੁਰੂ ਕਰ ਦਿੰਦੀ ਹੈ। ਬਿਲਕੁਲ, ਕੌਮੀ ਸੋਚ ਦੇ ਵਿੱਚ ਪਹਿਲੇ ਕੀਤਾ ਨਾ ਕਿ ਸਾਡੇ ਮਤਲਬ ਜਿਹੜੇ ਬੱਚਿਆਂ ਦੇ ਨਾਬਾਲਗ ਜ਼ਿਹਨ ਨੇ, ਹਜੇ ਅਨਮਚੋਰ ਜ਼ਿਹਨ ਨੇ, ਠੀਕ ਹਨ, ਜਦੋਂ ਉਹ ਚੀਜ਼ਾਂ ਵੇਖਦੇ ਨੇ ਤਾਂ ਫਿਰ ਬੁਰਾਈ ਦੀ ਤਰਫ ਮਾਇਲ ਹੁੰਦੇ ਨੇ ਉਹਨਾਂ ਦੇ ਜ਼ਿਹਨ। ਹਾਂਜੀ, ਅਤੇ ਉਹ ਸੋਚ ਬਿਲਕੁਲ ਪਿੱਛੇ ਰਹਿ ਜਾਂਦੀ ਹੈ ਕਿ ਯਾਰ ਇਨਸਾਨ ਨੂੰ ਜ਼ਿੰਦਾ ਰਹਿਣ ਲਈ ਤਾਂ ਇੱਕ ਸੁਬਹ ਰੋਟੀ ਚਾਹੀਦੀ ਹੈ, ਇੱਕ ਦੁਪਹਿਰ ਅਤੇ ਇੱਕ ਸ਼ਾਮ, ਅਤੇ ਜਦਕਿ ਸਾਡਾ ਜਿਹੜਾ ਯੂਨੀਵਰਸਲ ਸਾਡੇ ਅਸੂਲ ਨੇ, ਠੀਕ ਹੈ, ਯੂਨੀਵਰਸਲ ਸਾਡੇ ਮਕਾਸਦ ਨੇ, ਉਹ ਮਗਰ ਰਹਿ ਜਾਂਦੇ ਨੇ, ਜਦਕਿ ਸਤਹੀ ਮਕਾਸਦ ਜਿਹੜੇ ਸਾਡੇ ਨੇ ਉਹ ਅੱਗੇ ਆ ਜਾਂਦੇ ਨੇ। ਦੂਸਰਾ ਇਹ ਨੁਕਤਾ ਕਿ ਇੰਡੀਅਨ ਕਲਚਰ ਦੇ ਵਿੱਚ ਇਹ ਬਹੁਤ ਜ਼ਿਆਦਾ ਗੱਲ ਹੈ ਕਿ ਸਾਸ ਬਹੂ ਦੇ ਝਗੜੇ, ਠੀਕ ਹੈ, ਅਤੇ ਜ਼ਾਤੀ ਇੱਕ ਦੂਸਰੇ ਦੀ ਅਨਾਹ ਦੇ ਝਗੜੇ ਅਤੇ ਬਦਲਾ ਲੈਣ ਦੇ ਝਗੜੇ, ਇਹ ਸਾਰੇ ਉਹਨਾਂ ਦੀ ਤਹਿਜ਼ੀਬ ਦਾ ਹਿੱਸਾ ਨੇ ਸ਼ੁਰੂ ਤੋਂ ਲੈ ਕੇ ਉਹਨਾਂ ਦੇ ਈਵਨ ਕਿ ਜਿਹੜੇ ਮਜ਼ਹਬੀ ਕਿਤਾਬਾਂ ਨੇ ਉਹਨਾਂ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਕਨਸੈਪਟ ਇਹੋ ਚੀਜ਼ ਹੁੰਦੀ ਹੈ, ਅਤੇ ਇਹੋ ਚੀਜ਼ ਮਤਲਬ ਸਾਡੀਆਂ ਮਾਵਾਂ ਭੈਣਾਂ ਜਿਹੜੀਆਂ ਪਿੰਡਾਂ ਦੀਆਂ ਨੇ ਐਸੀ ਚੀਜ਼ ਨੂੰ ਉਹ ਦਿਲਚਸਪੀ ਨਾਲ ਵੇਖਦੀਆਂ ਨੇ। ਠੀਕ ਹੈ, ਮਜ਼ਾ ਹੀ ਉਹਨਾਂ ਨੂੰ ਇਹ ਚੀਜ਼ ਵੇਖਣ 'ਚ। ਲੇਕਿਨ ਰਾਣਾ ਸਾਹਿਬ, ਫੋਰ ਐਗਜ਼ਾਮਪਲ ਸਾਡੇ ਹੁਣ ਇੱਕ ਚੀਫ ਜਸਟਿਸ ਆਏ ਹੋਏ ਨੇ ਸਾਕਿਬ ਨਿਸਾਰ ਸਾਹਿਬ, ਅਤੇ ਉਹ ਕਾਫੀ ਜ਼ਿਆਦਾ ਅਸੂਲ ਜਿਹੜੇ ਨੇ ਉਹ ਇੰਝ ਦੇ ਮੁਤਾਰਫ ਕਰਵਾਉਂਦੇ ਨੇ, ਅਤੇ ਜਦੋਂ ਇੱਕ ਚੀਜ਼ ਸਾਬਤ ਸੀਗਾ ਕਿ ਇੱਕ ਚੀਜ਼ ਦਾ ਸਾਨੂੰ ਫਾਇਦਾ ਨਹੀਂ ਸਿਰਫ ਨੁਕਸਾਨ ਹੈ, ਸਿਰਫ ਨੁਕਸਾਨ ਹੈ ਟੋਟਲ, ਅਤੇ ਆਖਿਰ ਇੱਕ ਚੀਫ ਜਸਟਿਸ ਨੂੰ ਕਲਮ ਚਲਾਉਣ ਲੱਗਿਆ ਜਾਂ ਹੁਕਮ ਦੇਣ ਲੱਗਿਆ ਕਿੰਨਾ ਕੁ ਟਾਈਮ ਲੱਗਦਾ, ਜਾਂ ਉਹਨੂੰ ਕੀ ਮਸਲੇ ਪੇਸ਼ ਆਉਂਦੇ ਨੇ, ਉਹਨੂੰ ਕੀ ਤਕਲੀਫ ਆਉਂਦੀ ਹੈ, ਕੀ ਰੁਕਾਵਟ ਆਉਂਦੀ ਹੈ ਕਿ ਉਹ ਐਸਾ ਆਰਡਰ ਨਹੀਂ ਦੇ ਸਕਦਾ,
ਕੀ ਮਸਲਾ? ਜਨਾਬ ਉਹਨਾਂ ਦੇ ਇਖਤਿਆਰ 'ਚ ਹੈ, ਠੀਕ ਹੈ, ਉਹਨਾਂ ਨੇ ਕੋਈ ਸਟੈਪ ਲਏ ਵੀ ਹੈ ਨੇ। ਮਿਸਾਲ ਦੇ ਤੌਰ ਨੇ ਉਹਨਾਂ ਨੇ ਕਿਹਾ ਸੀ ਕਿ ਜਨਾਬ ਰਮਜ਼ਾਨ ਟਰਾਂਸਮਿਸ਼ਨ ਦੇ ਨਾਂ 'ਤੇ ਜਿਹੜੀ ਬੇਗੈਰਤੀ ਹੁੰਦੀ ਹੈ, ਠੀਕ ਹੈ ਨਾ, ਇਹ ਵੀ ਖਤਮ ਕੀਤੀ ਜਾਏ। ਆ ਜਿਹੜੇ ਟਾਕ ਸ਼ੋਅ ਹੁੰਦੇ ਨੇ ਸੁਬਹਾ, ਮਤਲਬ ਮਾਰਨਿੰਗ ਸ਼ੋਅ 'ਤੇ ਉਹਨਾਂ ਨੇ ਪਾਬੰਦੀ ਲਾਈ ਆਪਣੇ ਮੁਲਕ ਦੇ ਅੰਦਰ, ਅਤੇ ਲੇਕਿਨ ਉਹਨਾਂ ਦੇ ਹੱਥ ਵੀ ਬੰਦੇ ਹੋਏ ਨੇ, ਠੀਕ ਹੈ ਨਾ, ਇਕੱਲਾ ਬੰਦਾ ਕੀ ਕਰ ਸਕਦਾ, ਉਹ ਆਰਡਰ ਦੇ ਦੇਣਗੇ ਤਾਂ ਮੀਲ ਨਹੀਂ ਹੋਏਗੀ। ਮਸਲਨ ਉਹ ਕਿਹੜੀ ਕਿਹੜੇ ਲੋਕ ਨੇ, ਕਿਹੜੀਆਂ ਬੁਲਾਵਾਂ ਨੇ, ਕਿਹੜੇ ਬਿਜ਼ਨਸਮੈਨ ਨੇ ਜਿਹੜੇ ਇਹਨਾਂ ਦੇ ਅੱਗੇ ਰੁਕਾਵਟ ਬਣਦੇ ਨੇ? ਉਹ ਥੱਲੜੇ ਲੈਵਲ 'ਤੇ ਜਿਹੜੇ ਲੋਕ ਨੇ ਸਾਰੇ, ਮਿਸਾਲ ਦੇ ਤੌਰ 'ਤੇ ਸਾਡਾ ਪੈਮਰਾ ਹੋ ਗਿਆ, ਸਾਡੇ ਟੀਵੀ ਚੈਨਲ ਜਿਹੜੇ ਮਾਲਕਾਨ ਨੇ, ਠੀਕ ਹੈ ਨਾ, ਜਿਨ੍ਹਾਂ ਕੋਲ ਓਨਰਸ਼ਿਪ ਹੈ ਚੈਨਲਾਂ ਦੀ, ਉਹ ਸਾਰੇ ਇਕੱਠੇ ਹੋ ਕੇ ਇਹਤਜਾਜ ਕਰਨਾ ਸ਼ੁਰੂ ਕਰ ਦੇਣਗੇ, ਜਨਾਬ ਸਾਡਾ ਬਿਜ਼ਨਸ ਬੰਦ ਹੋ ਜਾਣਾ, ਸਾਡਾ ਇਹ ਨੁਕਸਾਨ ਹੈ, ਸਾਡਾ ਇਹ ਨੁਕਸਾਨ, ਅਸੀਂ ਇਹ ਨਹੀਂ ਕਰ ਸਕਦੇ। ਯਾਰ ਇੰਝ ਸਮਝ ਲੈ ਕੇ ਲੇਕਿਨ ਜਿਵੇਂ, ਰਾਣਾ ਸਾਹਿਬ, ਇੱਕ ਮਸਲਾ, ਇੱਕ ਦੂਸਰੇ ਰੁਖ 'ਚ ਵੀ ਗੱਲ ਹੁੰਦੀ ਹੈ ਨਾ ਕਿ ਬਿਲ ਫਰਜ਼ ਅਸੀਂ, ਚਲੋ ਅਸੀਂ ਮਟੀਰੀਅਲ ਜਿਹੜਾ ਉਹ ਚੇਂਜ ਨਹੀਂ ਕਰਦੇ, ਸਿਰਫ ਇੰਡੀਅਨ ਚੈਨਲ 'ਤੇ ਪਾਬੰਦੀ ਲਾ ਦਿੰਦੇ ਹਾਂ, ਮਟੀਰੀਅਲ 'ਤੇ ਅਸੀਂ ਫਸਟ ਸਟੈਪ ਵਿੱਚ ਜਿਹੜਾ ਉਹਨੂੰ ਚੇਂਜ ਨਹੀਂ ਕਰਦੇ, ਅਤੇ ਅਸੀਂ ਪਾਕਿਸਤਾਨੀ ਜਿਹੜੇ ਲੋਕ ਨੇ, ਠੀਕ ਹੈ, ਉਹਨਾਂ ਨੂੰ ਵੀ ਐਸੇ ਕੰਮ 'ਚ ਲਾਉਂਦੇ ਹਾਂ, ਉਹਦਾ ਵੀ ਤਾਂ ਮੁਲਕ ਨੂੰ ਕਮ ਅਜ਼ ਕਮ ਮਾਲੀ ਤੌਰ 'ਤੇ ਤਾਂ ਫਾਇਦਾ ਹੋਏਗਾ ਨਾ। ਲੇਕਿਨ ਅਗਰ ਅਸੀਂ ਬਿਲਕੁਲ ਪਾਬੰਦੀ ਨਹੀਂ ਲਾਉਂਦੇ ਤਾਂ ਇਹਦਾ ਮਤਲਬ ਕਿ ਮਾਲੀ ਤੌਰ 'ਤੇ ਵੀ ਸਾਨੂੰ ਨੁਕਸਾਨ ਹੈ, ਸਾਡੇ ਜਿਹੜੇ ਐਕਟਰ ਉਕਟਰ ਨੇ, ਜੋ ਵੀ ਮਾਮਲਾਤ ਨੇ, ਲਿਖਣ ਵਾਲੇ ਨੇ, ਡਰਾਮਾ ਨਗਾਰ ਨੇ, ਸਾਰਿਆਂ ਦੀ ਜਿਹੜੀ ਹੈ ਨਾ, ਸਾਰੇ ਲਾਸ 'ਚ ਜਾ ਰਹੇ ਨੇ, ਜਦਕਿ ਫਾਇਦਾ ਉਹਨਾਂ ਦੀ ਨਾਗਨ ਵਾਲੇ ਡਰਾਮਿਆਂ ਟਾਈਪ ਨੂੰ ਹਰ ਹੋ ਰਿਹਾ। ਲਿਹਾਜ਼ਾ ਨੁਕਸਾਨ ਹੈ, ਲੇਕਿਨ ਕੁਛ ਚੈਨਲ 'ਤੇ ਪਾਬੰਦੀ ਲੱਗੀ ਹੋਈ ਹੈ ਨਾ। ਹੁਣ ਕੇਬਲ 'ਤੇ ਜਿਹੜੇ ਚੈਨਲ ਪਹਿਲੇ ਆਉਂਦੇ ਰਹੇ ਨੇ, ਉਹ ਨਹੀਂ ਨਾ ਆਉਂਦੇ ਤਕਰੀਬਨ 2-3 ਸਾਲ ਤੋਂ, ਸ਼ਾਇਦ ਤੈਨੂੰ ਪਤਾ ਹੈ, ਕਿਸੇ ਵੱਡੇ ਵਜ਼ੀਰ ਮਸ਼ੀਰ ਦੀ ਸ਼ਾਦੀ ਹੋ ਰਹੀ ਸੀ ਜਾਂ ਕੋਈ ਜਰਨਲ ਸੀ ਸ਼ਾਇਦ, ਠੀਕ ਹੈ ਨਾ, ਅਤੇ ਉੱਥੇ ਸ਼ਾਦੀ ਹੋ ਰਹੀ ਸੀ, ਅਤੇ ਉਹ ਜਨਾਬ ਸ਼ਾਦੀ ਹੋਣ ਲੱਗੀ ਤਾਂ ਬੱਚਿਆਂ ਦਾ ਫੇਰੇ ਤਾਂ ਹੋਈ ਨਹੀਂ ਹਜੇ, ਸ਼ਾਦੀ ਕਿਵੇਂ ਹੋ ਗਈ ਆ। ਠੀਕ, ਉੱਥੋਂ ਨੂੰ ਹਿਸਾਬ ਲਿਆ ਕਿ ਯਾਰ ਇੰਡੀਅਨ ਡਰਾਮਿਆਂ ਦਾ ਕਿੰਨਾ ਨੁਕਸਾਨ ਹੋ ਰਿਹਾ ਸਾਡੀ ਜਿਹੜੀ ਛੋਟੀ ਆਵਾਮ ਹੈ, ਮਤਲਬ ਬੱਚੇ ਨੇ, ਜਿਹੜੇ ਉਹਨਾਂ ਦੇ ਦਿਨਾਂ ਦੀ ਕਿੰਨਾ ਬੁਰਾ ਅਸਰ ਪੈ ਰਿਹਾ ਕਿ ਉਹ ਹਰ ਟਾਈਮ ਇੰਡੀਅਨ ਚੈਨਲ ਵੇਖ ਵੇਖ ਕੇ ਉਹ ਇਸ ਚੀਜ਼ ਨੂੰ ਜਾਣਦੇ ਕਿ ਨਹੀਂ ਕਿ ਯਾਰ ਮੁਸਲਮਾਨ ਦੀ ਜਦੋਂ ਸ਼ਾਦੀ ਹੁੰਦੀ ਆ ਉਹ ਕਲਮੇ ਪੜ੍ਹਾਏ ਜਾਂਦੇ ਨੇ, ਅਤੇ ਉਹ ਕਿ ਸਭ ਫੇਰਿਆਂ ਦੀ ਗੱਲ ਕਰ ਰਿਹਾ। ਉਦੋਂ ਫਿਰ ਉਹ ਜਰਨੈਲ ਨੇ ਰਿਕੁਐਸਟ ਕੀਤੀ ਸੀ ਕਿ ਯਾਰ ਇਹ ਜਿਹੜੇ ਆਪਾਂ ਤਾਂ ਚੈਨਲ ਨੇ ਇੰਡੀਅਨ, ਇਹ ਖਤਮ ਕੀਤੇ ਜਾਣ, ਅਤੇ ਇਹਦੇ ਉੱਤੇ ਸਟੈਪ ਲਿਆ, ਚੈਨਲ ਵਾਕਈ ਕੁਛ ਖਤਮ ਹੋਏ ਨੇ, ਲੇਕਿਨ ਟੋਟਲੀ ਨਹੀਂ ਹੋਏ, ਸਾਰੇ ਹੋਣੇ ਚਾਹੀਦੇ ਹਨ। ਫਿਰ ਅਗਰ ਬੁਰਾਈ ਖਤਮ ਕਰਨੀ ਹੈ ਤਾਂ ਥੋੜ੍ਹੀ ਜਿਹੀ ਬੁਰਾਈ ਰਹਿਣ ਦੋਗੇ ਨਾ, ਉਹ ਚਲਦੀ ਰਹੇਗੀ ਚਲਦੀ ਰਹੇਗੀ ਚਲਦੀ ਰਹੇਗੀ, ਆਸਤਾ ਆਸਤਾ ਫਿਰ ਉਹ ਵੀ ਵੱਧ ਜਾਏਗੀ, ਜਾਂ ਤਾਂ ਟੋਟਲੀ ਬੰਦ ਕਰ ਦੇ। ਮਿਸਾਲ ਦੇ ਤੌਰ 'ਤੇ ਹੁਣ ਸਾਡੇ ਪਿੰਡਾਂ 'ਚ ਅਗਰ ਡਿਸ਼ ਨਹੀਂ ਲੱਗੀ ਦੀ ਜਾਂ ਉਹ ਨਹੀਂ ਲੱਗੇ ਦਾ ਆਪਣਾ ਕੇਬਲ ਨਹੀਂ ਹੈ, ਅਤੇ ਜਿਹੜਾ DD ਨੈਸ਼ਨਲ ਚੈਨਲ ਇੱਕ ਚੱਲਦਾ, DD ਨੈਸ਼ਨਲ ਜਿਹੜਾ ਚੈਨਲ ਇੰਡੀਆ ਦਾ ਚੱਲਦਾ, ਤਾਂ ਸਾਡਾ PTV ਤਾਂ ਸਾਫ਼ ਆਏ ਨਹੀਂ ਕਦੇ ਅੱਜ ਤੱਕ, ਠੀਕ ਹੈ ਨਾ। ਇਹਨਾਂ ਦੇ ਬੂਸਟਰ ਇੰਨੇ ਕਮਜ਼ੋਰ ਨੇ, ਲੇਕਿਨ ਉਹ ਚੈਨਲ ਇੰਨਾ ਚੱਲਦਾ, ਤਕਰੀਬਨ ਉੱਥੇ 11 ਵਜੇ ਸ਼ੋਅ ਸ਼ੁਰੂ ਹੁੰਦੇ ਨੇ, ਅੱਧੇ ਅੱਧੇ ਘੰਟੇ ਦਾ ਡਰਾਮਾ, ਅਤੇ 3 ਵਜੇ ਤੱਕ ਚੱਲਦੇ ਨੇ, ਅਤੇ ਆਵਾਮ ਸਾਰੀ ਦੁਪਹਿਰ ਉਹ ਵੇਖਦੀ ਹੈ, ਵੇਖ ਵੇਖ ਕੇ ਬੁਰਾਈਆਂ ਕਰਦੀ ਆ, ਲੇਕਿਨ ਉਹਦਾ ਧਿਆਨ ਨਹੀਂ ਜਾਂਦਾ ਕਿਸੇ ਦਾ। ਇਹਦੇ ਵਿੱਚ ਬੁਰਾਈਆਂ ਨੇ ਇੱਕ ਨੰਬਰ 'ਤੇ ਮੁਆਸ਼ਰਤੀ ਬੁਰਾਈ ਆ ਕਿ ਸਾਡੇ ਵਾਲਦਿਆਂ ਨੂੰ ਇਸ ਚੀਜ਼ 'ਤੇ ਪਾਬੰਦੀ ਲਾਉਣੀ ਚਾਹੀਦੀ ਹੈ, ਸਿੱਧੀ ਗੱਲ ਹੈ, ਬੱਚਿਆਂ ਨੂੰ ਇਹ ਚੀਜ਼ ਵੱਲ ਨਾ ਜਾਣਦੇ। ਦੂਸਰਾ ਜਨਾਬ, ਜਿਨ੍ਹਾਂ ਦੇ ਇਖਤਿਆਰ ਵਿੱਚ ਇਹ ਚੀਜ਼ਾਂ ਹੈ ਨੇ ਉਹ ਨਹੀਂ ਕਰਦੇ ਆ, ਬੁਰਾਈ ਹੈ, ਸਿੱਧੀ ਜਿਹੀ ਗੱਲ ਹੈ, ਮੰਨਣੀ ਪਏਗੀ। ਚੀਫ ਜਸਟਿਸ ਕੀ ਕਰੇ, ਉਹ ਪਾਬੰਦੀ ਲਾ ਵੀ ਦੇਗਾ ਤੇ ਲੇਕਿਨ ਇੰਪਲੀਮੈਂਟੇਸ਼ਨ ਨਹੀਂ ਹੋਣੀ। ਰਾਣਾ ਸਾਹਿਬ, ਇਹ ਗੱਲ ਤਾਂ ਮੰਨਣ 'ਚ ਨਹੀਂ ਆਉਂਦੀ, ਕਿਉਂਕਿ ਕੋਈ ਵੀ ਬਿਲ ਫਰਜ਼ ਅਸੂਲ ਬਣਦਾ, ਫੋਰ ਐਗਜ਼ਾਮਪਲ ਜੀ ਨਾਦਰਾ ਦਾ ਨਵਾਂ ਸ਼ਨਾਖਤੀ ਕਾਰਡ ਬਣਨਾ, ਅਤੇ ਉਹ ਪੂਰੇ ਮੁਲਕ ਦੇ ਵਿੱਚ ਬਣ ਜਾਂਦਾ, ਇੰਪਲੀਮੈਂਟ ਵੀ ਹੋ ਜਾਂਦਾ, ਅਤੇ ਇਹ ਕਿੰਝ ਹੋ ਸਕਦਾ ਕਿ ਇੱਕ ਚੈਨਲ ਬੰਦ ਕਰਨ ਜਾਂ ਕੋਈ ਇਸ ਤਰ੍ਹਾਂ ਦੇ ਅਸੂਲ ਬਣਾ ਦੇਣ ਕਿ ਜੀ ਇਹ ਇੰਡੀਅਨ ਚੈਨਲ ਬਿਲਕੁਲ ਪਾਕਿਸਤਾਨ 'ਚ ਨਹੀਂ ਚੱਲ ਸਕਦੇ, ਅਤੇ ਇਹ ਕਿਸ ਤਰ੍ਹਾਂ ਹੋ ਸਕਦਾ ਕਿ ਉਹ ਨਾ ਚੱਲਣ? ਅਗਰ ਅਸੀਂ ਖੁੱਲ੍ਹੇ ਸਿਗਟਾਂ 'ਤੇ ਪਾਬੰਦੀ ਲਾ ਸਕਦੇ ਹਾਂ, ਅਤੇ ਕਮ ਅਜ਼ ਕਮ ਇਸ ਚੀਜ਼ 'ਤੇ ਪਾਬੰਦੀ ਤਾਂ ਲਾਉਣ, ਚਲੋ ਵੇਖਣਾ ਨਾ ਵੇਖਣਾ, ਉਹ ਤਾਂ ਸੇਲ ਹੋ ਰਹੇ ਨੇ ਖੁੱਲ੍ਹੇ, ਉਹ ਠੀਕ ਹੈ, ਉਹ ਤੁਹਾਡੀ ਗੱਲ ਠੀਕ ਹੈ ਕਿ ਮਤਲਬ ਅਸੂਲ ਤਾਂ ਬਣਿਆ ਨਾ, ਅਮਲ ਪੈਰਾ ਉਹ ਤਾਂ ਕੁਛ ਹੋ ਰਿਹਾ ਕੁਛ ਨਹੀਂ ਹੋ ਰਿਹਾ, ਲੇਕਿਨ ਇੱਕ ਕੋਸ਼ਿਸ਼ ਤੇ ਬਿਹਤਰੀ ਆਏਗੀ, ਕੁਛ ਬਿਹਤਰੀ ਆਏਗੀ, ਲੇਕਿਨ ਸਟੈਪ ਤੇ ਲੈਣਾ ਚਾਹੀਦਾ ਹੈ, ਤੁਸੀਂ ਕੀ ਕਹਿ ਸਕਦੇ ਹੋ? ਠੀਕ ਹੈ, ਇੱਕ ਫਾਰ ਐਗਜ਼ਾਮਪਲ ਇੱਕ ਕਾਨੂੰਨ ਬਣਾਉਣ, ਠੀਕ ਹੈ, ਫਿਰ ਉਹਦੀ ਤਸ਼ਰੀਹ ਕਰਨ ਮੀਡੀਆ ਤੇ ਆ ਕੇ ਕਿ ਅਸੀਂ ਇਹ ਚੈਨਲ ਕਿਉਂ ਬੰਦ ਕੀਤੇ ਨੇ, ਅਸੀਂ ਇਹ ਇੰਡੀਆ ਦੇ ਚੈਨਲ ਕਿਉਂ ਬੰਦ ਕਰਨਾ ਚਾਹੁੰਦੇ ਹਾਂ, ਤੇ ਡੈਫੀਨੇਟਲੀ ਜਿਹੜੇ ਸਮਝਦਾਰ ਤੇ ਸੁਲਝੇ ਹੋਏ ਲੋਕ ਹੋਣਗੇ ਉਹ ਮੀਡੀਆ ਵਿੱਚ ਹੀ ਅੱਛੇ ਬੁਰੇ ਲੋਕ ਹੁੰਦੇ ਨੇ, ਉਹ ਜ਼ਰੂਰ ਇਹਨਾਂ ਦਾ ਸਾਥ ਦੇਣਗੇ, ਉਹ ਜ਼ਰੂਰ ਇਹਨਾਂ ਦੇ ਹੱਕ 'ਚ ਖੜੇ ਹੋਣਗੇ ਕਿ ਵਾਕਈ ਇਹ ਚੈਨਲ ਬੰਦ ਹੋਣੇ ਚਾਹੀਦੇ ਨੇ। ਅਗਰ ਜੇ ਬਿਲ ਫਰਜ਼ ਇਹਨਾਂ ਨੇ ਸਟਾਰ ਪਲੱਸ ਕੁਛ ਅਰਸੇ ਲਈ ਬੰਦ ਕੀਤਾ ਵੀ ਸੀ, ਤੇ ਇਹਨਾਂ ਨੇ ਇਹ ਨਹੀਂ ਦੱਸਿਆ ਕਿ ਅਸੀਂ ਇਹ ਚੈਨਲ ਬੰਦ ਕਿਉਂ ਕੀਤਾ, ਜਦੋਂ ਇਹ ਗੱਲ ਕਰਦੇ ਨੇ ਤਾਂ ਸਾਡਾ ਬਹੁਤ ਬੜਾ ਤਬਕਾ ਜਿਹੜਾ ਉਹ ਇਹ ਸੋਚਦਾ ਕਿ ਯਾਰ ਇਹਨਾਂ ਦਾ ਨੁਕਸਾਨ ਹੀ ਕੋਈ ਨਹੀਂ, ਬਾਜ਼ਾਰ ਹੈ, ਜਦੋਂ ਇਹਨਾਂ ਨੇ ਨੁਕਸਾਨ ਹੀ ਨਹੀਂ ਦੱਸਣੇ ਆਵਾਮ ਨੂੰ, ਰੀਜ਼ਨ ਹੀ ਨਹੀਂ ਦੱਸਣੀ ਕਿ ਅਸੀਂ ਇਹ ਫਲਾਣਾ ਅਸੂਲ ਕਿਉਂ ਕੀਤਾ, ਅਤੇ ਉਹ ਅਸੂਲ ਜ਼ਿਆਦਾ ਦੇਰ ਤੱਕ ਕਾਇਮ ਨਹੀਂ ਰਹਿੰਦੇ। ਬਿਲਕੁਲ, ਆਪਣੀਆਂ ਗਲਤੀਆਂ ਨੇ ਸਾਰੀਆਂ ਹੀ, ਨਹੀਂ ਆਵਾਮ ਹੀ ਨਹੀਂ ਚਾਹੁੰਦੀ, ਠੀਕ ਹੈ, ਸਾਡੇ ਆਪਣੇ ਡਰਾਮਿਆਂ 'ਚ ਬੜੀ ਵੈਲਗੈਰਿਟੀ ਹੈ, ਠੀਕ ਹੈ, ਸਾਡੀਆਂ ਆਪਣੀਆਂ ਫਿਲਮਾਂ ਬੜੀਆਂ ਖਰਾਬ ਨੇ, ਆਵਾਮ ਦਲੀਲਾਂ ਦਿੰਦੀਆਂ, ਮੈਂ ਚੈਨਲ ਨੇ ਜਿਹੜੇ ਮਾਲਕ
ਇਹ ਚੈਨਲ ਬੰਦ ਹੋਏ ਨੇ ਲੇਕਿਨ ਸਾਰੇ ਨਹੀਂ ਹੋਏ। ਠੀਕ ਹੈ, ਟੋਟਲ ਇੰਡੀਅਨ ਸਕਾਫਤ ਸਾਡੇ 'ਚ ਰਚ ਗਈ ਹੈ।